हेलो गाइस, आपके एकम साइक्लिस्ट पंजाब ने यू टर्निंग ले ली है। चलो गाइस, पहुंच गए हैं शेरपुर चौक। चलो जी, स्वागत है तुहाडा मेरी अगली वीडियो च। तो अज की राइड नूं आपां इत्थों शुरू करदे आं, नाल नाल वीडियो नूं भी। तो अज चलावांगे 60 किलोमीटर। पिछली वीडियो च 50 किलोमीटर चलाया ही, 25 गया तो 25 आया, अज 60 चलावांगे, 30 60, फिर हौली हौली वधावांगे 70 80, फिर घटावांगे फिर वधावांगे। एक वीडियो बनाउण लग्गिआ पता नहीं किहड़े वेले बलारा होंदा कैमरा, छोटा कैमरा ना तां करके ब्लर हो जाता, फोकस नहीं फड़ पाता। तो चलो गाइस, आपके एकम साइक्लिस्ट पंजाब ने यू टर्निंग ले ली है। यहाँ तक 30 किलोमीटर हो गए हैं और 30 रह गए हैं, अब घर की ओर जा रहे हैं। अब जदों का मौसम चेंज होया ना मेरे वीरो, गला खराब हो गया था, जुकाम भी हो गया। तो ही दसो कमेंटा जी, किनू किनू जुकाम हो गया तो गला खराब हो गया, ठीक है।
ਜ਼ਰੂਰ ਕਰਿਓ ਕਮੈਂਟ। ਆ ਪਰਸੋਂ ਤੋਂ ਸ਼ੁਰੂ ਹੋਇਆ ਮੈਨੂੰ ਜ਼ੁਕਾਮ ਵੈਦਰ ਚੇਂਜ ਹੋਣ ਕਰਕੇ। ਚਲੋ ਗਾਇਸ ਪਹੁੰਚ ਗਏ ਸ਼ੇਰਪੁਰ ਚੌਂਕ। ਬਹੁਤ ਵਧੀਆ ਰਾਈਡ ਲੱਗੀ ਜਾਂਦਿਆਂ ਤਾਂ ਹੈੱਡਵਿੰਡ ਸੀ ਬਹੁਤ ਗੰਦੀ ਵਾਲੀ, ਤਾਂ ਹੀ ਮੈਂ ਬੋਲਦਾ ਘੱਟ ਪਿਆ ਸੀ, ਸਾਹ ਚੜ੍ਹਦਾ ਪਿਆ ਸੀ। 28 ਦੀ ਸਪੀਡ 'ਚ ਪਾਵਰ ਲੱਗ ਰਹੀ ਸੀ ਅਤੇ ਵਾਪਸੀ ਵਾਲੇ ਉਹ ਧੱਕਾ ਪੈਂਦਾ ਸੀ 35-36, 35-36, 40, ਮਤਲਬ ਬਹੁਤ ਵਧੀਆ ਚੱਲਦਾ ਪਿਆ ਸੀ ਵਾਪਸੀ ਵਾਲੇ ਸਾਈਕਲ। ਅੱਜ ਦੇ ਮੈਂ ਕਿਲੋਮੀਟਰ ਘਰੋਂ ਹੀ ਲਾਏ ਸੀਗੇ, ਜੇ ਸ਼ੇਰਪੁਰ ਚੌਂਕ ਤੋਂ ਲਾਉਂਦਾ ਕਿਲੋਮੀਟਰ ਰੀਸਟਾਰਟ ਮਾਰ ਕੇ ਫਿਰ 32 ਕਿਲੋਮੀਟਰ ਬਣਦੇ ਜੀ, 33 ਤਾਂ ਚਲੋ ਗਾ ਸਾਈਕਲਿੰਗ ਕਰਕੇ ਘਰ ਆ ਗਏ ਹਾਂ। ਹਾਂਜੀ, ਫਿਰ ਕਿਹੋ ਜਿਹੀ ਲੱਗੀ ਵੀਡੀਓ ਆਪਣੇ ਭਰਾ ਦੀ? ਜੇ ਵਧੀਆ ਲੱਗੇ ਤਾਂ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਕਰ ਦਿਓ, ਠੀਕ ਆ? ਅਤੇ ਉਹਨਾਂ ਨੇ ਕਿਹਾ ਲਾਈਕ ਕਮੈਂਟ ਅੱਗੇ ਜੋ ਕਰਨਾ ਕਰ ਦਿਓ, ਠੀਕ ਆ? ਤੁਸੀਂ ਆਪਣੇ ਭਰਾ ਦੀ ਵੀਡੀਓ ਨੂੰ ਸ਼ੇਅਰ ਕਰਨੀ ਹੈ, ਜ਼ਰੂਰ ਸ਼ੇਅਰ ਕਰ ਦਿਆ ਕਰੋ, ਠੀਕ ਆ? ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਊਗੀ। ਅਤੇ ਚਲੋ ਫਿਰ ਚੱਲਦੇ ਹਾਂ, ਅੱਜ ਦੀ ਵੀਡੀਓ ਨੂੰ ਇੱਥੇ ਐਂਡ ਕਰਦੇ ਹਾਂ, ਠੀਕ ਆ?
ओके टाटा गुड बाय, मिलते हैं अगली वीडियो 'ਚ।